ਮਾਰੇ ਤੇ ਬੈਠਾ ਰਹਿਣਾ। ਵੱਡਾ ਛੋਟੇ ਬੰਨੀ ਧੱਕ ਦਿੰਦਾ, ਛੋਟਾ ਵੱਡੇ ਬੰਨੀ ਧੱਕ ਦਿੰਦਾ। ਜੇ ਘਰੇ ਜਾਵਾਂ ਤਾਂ ਦੂਰੋਂ ਹੀ ਆਖਣ ਨਾ, ਬਾਬਾ ਅੰਦਰ ਨਾ ਹੀ ਪੋਚੇ ਲੱਗੇ ਐ। ਜੇ ਰੋਟੀ ਮੰਗੋ ਵੱਡੀ ਅੱਖ ਛੋਟੀ ਕੋਲੋਂ ਖਾ ਲਾ, ਛੋਟੀ ਅੱਖ ਅੱਜ ਵੱਡੀ ਕੋਲੋਂ ਖਾ ਲਾ। ਘਰੇ ਸਾਰੀ ਰੋਟੀ ਦੀ ਲੜਾਈ, ਫਿਰ ਆਖੀ ਦਾ ਗੁਰਦੁਆਰੇ ਜਾਂਦੇ ਆ, ਉੱਥੇ ਸਾਰੀ ਪ੍ਰਧਾਨਗੀ ਦੀ ਲੜਾਈ। ਜੇ ਵੱਡਾ ਜਾਵੇ ਤਾਂ ਜਾਵੇ ਕਿੱਥੇ, ਫਿਰ ਕਹਿੰਦੇ ਬਾਬਾ ਬੋਲਦਾ, ਬਾਬਾ ਬੋਲੇ ਨਾ ਉਹਦੀ ਭੈਣ ਦੇ। ਹੋਰ ਸੁਣਾ ਪ੍ਰੀਤਮ ਸਿਆਹ, ਨਾ ਹੋਰ ਤੇਰੀ ਹੀਰ ਸੁਣਨੀ ਐ, ਤੈਨੂੰ ਨੀ ਪਤਾ ਪੜ੍ਹਾ ਤੇ ਲਿਖਾ ਤੇ ਮੈਂ 20 ਕਿੱਲੇ ਬੈ ਪੈਲੀ ਲੈ ਤੀ, ਕਾਲੇ ਵੱਧ ਤਰ੍ਹਾਂ ਕਮਾਈ ਕੀਤੀ, ਉਲਟੇ ਮੈਨੂੰ ਲੈ ਬਾਬਾ ਕੀ ਕੀਤਾ। ਕੋਈ ਆਪਦੀ ਲਾਲ ਖਾਤਰ ਰੇ ਕੀ ਕਰਦਾ ਹੈ, ਜਰਦਾ ਮੈਂ ਕਦੋਂ ਲਾਉਣਾ ਜਰਦਾ। ਮੈਂ ਤੈਨੂੰ ਐ ਕਹਿ ਰਿਹਾ ਵੀ ਆਪਦੀ ਔਲਾਦ ਖਾਤਰ ਰਹਿ ਕੇ ਤੰਦ ਪੜਦਾ। ਉਹ ਤਾਂ ਤੇਰੀ ਗੱਲ ਠੀਕ ਐ ਪੁੱਤ ਮਿੱਤਰੂ, ਪਰ ਮੈਂ ਪਿਓ ਐ, ਕੰਜਰਾ ਇਹਨਾਂ ਨੂੰ ਪੁੱਛ, ਇਹਨਾਂ ਨੇ ਇੱਕ ਦਿਨ ਬੁੜੇ ਨੀ ਹੋਣਾ। ਸਹੀ ਗੱਲ ਐ, ਫਿਰ ਮੇਰੀ ਜੂਨ ਬਹੁਤ ਮਾੜੀ ਐ ਪੁੱਤ, ਕੁੱਤੇ ਤਰ੍ਹਾਂ ਲੈ ਕੁੱਤੇ ਤੋਂ ਯਾਦ ਆ ਗਿਆ, ਮੇਰੇ ਸਾਲੇ ਇੱਕ 4,500 ਦੀ ਸੁੰਗੜੀ ਜੇ ਮੂੰਹ ਵਾਲੀ ਨਾ ਪਾਈ ਅੱਗ ਦੀ ਕਤੂਰੀ ਲਈ ਬੈਠੀ, ਉਹਨੂੰ ਸਾਰਾ ਦਿਨ ਚੱਕੀ ਰੱਖਣਗੇ, ਆਖ ਇਹ ਤਾਂ ਸਾਡਾ ਪੱਤ ਹੈ, ਇਹ ਤਾਂ ਸਾਡਾ ਪੱਤ ਹੈ, ਤਾਂ ਪੱਤ ਹੈ ਪੱਤ ਨੀ ਉਹਦਾ ਨਾਂ, ਪੱਗ ਹੈ ਪੱਗ, ਹੱਥ ਵਾਲੀ ਕਤੀਰ ਆ, ਉਹ ਹੱਥ ਹੋਈ ਪਈ ਆਈ ਯਾਰ, ਹੱਥ ਵਾਲਿਆਂ ਦੀ ਖੱਟ ਕਤੀਰ, ਸਾਰਾ ਦਿਨ ਬਟਾਂਦੇ ਬੈਠੀ ਲਊ, ਜੇ ਜਾ ਕੇ ਮੈਂ ਬਹਿ ਲੂ ਅੱਗੇ ਬਾਬਾ ਤੂੰ ਤਾਂ ਗੰਦ ਪਾਉਣਾ, ਉਹਨੂੰ ਸਾਰਾ ਦਿਨ ਪੁੱਛ ਪੁੱਛ, ਜੇ ਮੈਨੇ ਮੈਨੂੰ ਕਰਨਗੇ ਚਾਹ ਚਾਹ ਚਾਹ, ਹੱਥ ਹੋਈ ਪਈ ਆਈ ਯਾਰ, ਉਹਨੂੰ ਦੁੱਧ ਨਾਲ ਬਿਸਕੁਟ ਦਿੰਦਾ, ਮੈਨੂੰ ਤੱਤੀ ਚਾਹ ਨੀ ਮਿਲਦੀ, ਫਿਰ